اللہ جو بیمار ہے اس کو شفائے کلی عطا فرما، میرے اللہ جو بیمار
ਮਾਂ ਦੇ ਸ਼ਫਾਏ ਕਾਮਲ ਅਤਾ ਫਰਮਾ। ਮੇਰੇ ਅੱਲਾ ਜੋ ਸਾਡੇ ਮੁਹੰਮਦ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦਾ ਦਰਜਾਤ ਬੁਲੰਦ ਫਰਮਾ। ਮੇਰੇ ਮੌਲਾ ਅਲ ਮੁਹੰਮਦ ਦਾ ਸਦਕਾ, ਇਸ ਮਜਲਿਸ ਦੇ ਜ਼ਿਕਰ ਦਾ ਸਦਕਾ, ਮੇਰੀ ਦਾਦੀ ਦਾਦਾ ਨਾਨੀ ਨਾਨਾ ਔਰ ਬਿਲਖਸੂਸ ਤਾਇਆ ਜੀ ਔਰ ਜਿਤਨੇ ਵੀ ਸਾਡੇ ਖਾਨਦਾਨ ਦੇ ਚਲੇ ਗਏ ਨੇ ਦੁਨੀਆ ਤੋਂ, ਮੌਲਾ ਸਭ ਦੇ ਦਰਜਾਤ ਬੁਲੰਦ ਫਰਮਾ। ਜਿਤਨੇ ਮੁਮਿਨੀਨ ਮੁਮਿਨਾਤ ਦੁਨੀਆ ਤੋਂ ਚਲੇ ਗਏ ਨੇ, ਮੌਲਾ ਦਰਜਾਤ ਬੁਲੰਦ ਫਰਮਾ। ਸ਼ਾਮ ਦੀ ਪਾਕ ਮਲਕਾ ਸੈਨ ਆਪਣੀ ਮਾਂ ਦਾ ਕੁਰਸਾ ਕਬੂਲ ਫਰਮਾਏ। ਜਿਤਨੇ ਵੀ ਆਏ ਨੇ, ਜਿਸ ਕਿਸੇ ਦੀ ਜੋ ਨੇਕ ਮੁਰਾਦ ਹੈ ਪੂਰੀ ਫਰਮਾਏ। ਬੀਬੀ ਪਾਕ ਜੀ ਦੇ ਕੋਲੋਂ ਔਲਾਦ ਕੋਈ ਨਹੀਂ, ਉਹਨੂੰ ਔਲਾਦ ਨਾਲ ਹੀ ਨਾ ਤਾ ਫਰਮਾਏ। ਮੇਰੇ ਪਾਕ ਸੈਯਦਾ ਬਿਲਖਸੂਸ ਮੇਰਾ ਭਾਈ ਅਸਦ ਅਬਾਸ, ਉਹਨੂੰ ਜ਼ਿੰਦਗੀ ਵਾਲਾ ਮਾਤਮੀ ਅਤਾ ਫਰਮਾਏ। ਹੋਰ ਵੀ ਜਿਹੜੇ ਮੋਮਨ ਦੇ ਔਲਾਦ ਨੇ, ਹਰ ਕਿਸੇ ਨੂੰ ਬੀਬੀ ਦੀ ਸ਼ਹਾਦਤ ਦਾ ਸਦਕਾ ਔਲਾਦ ਨਾਲ ਹੀ ਨਾ ਤਾ ਫਰਮਾਏ। ਇੱਕ ਮੋਮਨਾ ਬੱਚੀ ਬਿਮਾਰ ਹੈ, ਸ਼ਫਾਈ ਕੁੱਲੀ ਅਤਾ ਫਰਮਾਏ। ਮੇਰੇ ਮੌਲਾ ਅਲ ਮੁਹੰਮਦ ਦਾ ਸਦਕਾ, ਜਿਹੜੇ ਮੇਰੇ ਭਾਈ ਬਰੂਨੇ ਮੁਲਕ ਨੇ ਮੋਮਨ ਅਜ਼ਾਦ, ਮੇਰੇ ਮੌਲਾ ਅਲ ਮੁਹੰਮਦ ਸਦਕਾ ਉਹਨਾਂ ਦੇ ਰਿਜ਼ਕ ਚ ਇਜ਼ਾਫਾ ਫਰਮਾ, ਉਹਨਾਂ ਦੇ ਕਾਰੋਬਾਰ ਚ ਇਜ਼ਾਫਾ ਫਰਮਾ। ਮੇਰੇ ਖਸੂਸ ਮੇਰੇ ਭਾਈ ਜਿਤਨੇ ਬਰੂਨੇ ਮੁਲਕ ਨੇ, ਮੇਰੇ ਮੌਲਾ ਉਹਨਾਂ ਦੇ ਰਿਜ਼ਕ ਚ ਇਜ਼ਾਫਾ ਫਰਮਾ। ਮੇਰੇ ਮੌਲਾ ਔਰ ਇੱਕ ਦੁਆ ਹੈ ਕਿ ਹੈਦਰ ਜਾਫਰੀ ਸਾਹਿਬ ਉਹਨਾਂ ਦੀ ਵਾਲਦਾ ਦੁਨੀਆ ਤੋਂ ਚਲੇ ਗਏ, ਮੌਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾ। ਮੇਰੇ ਮੌਲਾ ਅਲ ਮੁਹੰਮਦ ਦਾ ਸਦਕਾ, ਜਿਸ ਅਲ ਮੁਹੰਮਦ ਦਾ ਸਦਕਾ ਜਿਹੜੇ ਵੀ ਜੋ ਜੋ ਕਦਮ ਚੱਲ ਕੇ ਆਏ ਨੇ, ਕਦਮ ਬ ਕਦਮ ਮੇਰੇ ਮੌਲਾ ਅਜਰ ਅਤਾ ਫਰਮਾ। ਬੀਬੀ ਪਾਕ ਦੀ ਸ਼ਹਾਦਤ ਦਾ ਵਾਸਤਾ ਮੇਰੇ ਮੌਲਾ ਰਿਜ਼ਕ ਚ ਇਜ਼ਾਫਾ ਫਰਮਾ। ਮੇਰੇ ਮੌਲਾ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਤੌਫੀਕ ਦੇਈਆਂ ਸੀ ਬੀਬੀ ਦਾ ਦਿਨ ਮਨਾ ਸਕੀਏ। ਇਹ ਜਿਤਨੇ ਆਏ ਨੇ ਸਾਰਿਆਂ ਦੇ ਰਿਜ਼ਕ ਚ ਇਜ਼ਾਫਾ ਫਰਮਾਏ। ਸਾਰੇ ਦੁਆ ਵਾਸਤੇ ਹੱਥ ਚਾਹੋ, ਇਸ ਤੋਂ ਵੱਡੀ ਦੁਆ ਕੋਈ ਨਹੀਂ। ਦੁਆ ਸਹੂਰ ਇਮਾਮ ਜ਼ਮਾਨ ਅਲੈਹਿ ਸਲਾਤੁ ਵਸਲਾਮ। ਬਿਸਮਿਲਲਾਹ ਰਹਿਮਾਨ ਰਹੀਮ। ਅੱਲਾਹੁਮਾ ਕੁੱਲ ਵਲੀਕਾ ਹੁਜਜਤ ਬਿਨ ਹਸਨ ਸਲਵਾਤੁਕਾ ਅਲੈਹਿ ਵਅਲਾ ਆਬਾਇਹਿ ਫੀ ਹਾਜ਼ਿਹਿ ਸਾਅਤ ਵਫੀ ਕੁੱਲ ਸਾਅਤ ਵਲੀਯਾ ਵਹਾਫਿਜ਼ਾ ਵਕਾਇਦ ਵਨਾਸਰ ਵਦਰੀਨਾ ਆਇਨ ਹਤਾ ਉਸਕਿਨਾ ਹੁਵ ਜ਼ਕਾਤ ਤੌਵਨ ਵਤਮਤਿਆ ਹੂ ਫੀਹਾ ਤਬੀਲਾ ਯਾ ਰੱਬਾ ਮੁਹੰਮਦ ਵਾਲ ਮੁਹੰਮਦ ਵਅਜਲ ਫਰਜਾ ਆਲ ਮੁਹੰਮਦ ਪਾਕ ਬਤੂਲ ਦੇ ਹਰ ਦੁਸ਼ਮਨ ਤੇ ਲਾਨਾ ਆਦੇ ਆਦੇ ਆਦੇ